ਸਵਾਗਤ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਦੇ ਉੱਤੇ। ਮੈਂ ਯੋਗਰਾਜ ਸਿੰਘ ਕਾਲੂ, ਸਾਡੇ ਨਾਲ ਇਸ ਵਕਤ ਹੁਣ ਇਸ ਸਟੂਡੀਓ ਦੇ ਵਿੱਚ ਮੌਜੂਦ ਨੇ ਵਣਜਾਰਾ ਨੋਮੈਡ ਤੋਂ ਸਰਦਾਰ ਰਾਜ ਸਿੰਘ ਪੰਡਾਲ ਜੀ, ਅਤੇ ਇੱਕ ਇਸ਼ੂ ਦੇ ਉੱਤੇ, ਇੱਕ ਇਤਰਾਜ਼ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ। ਪਹਿਲਾਂ ਉਹਨਾਂ ਪ੍ਰੋਗਰਾਮ 'ਚ ਨਾਲ ਜੁੜਦੇ ਹਾਂ ਅਤੇ ਜਿਹੜੀ ਅੱਜ ਦੀ ਗੱਲ ਸ਼ੁਰੂ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ, ਸਵਾਗਤ ਤੁਹਾਡਾ ਪਹਿਲਾਂ ਦੇ ਬਹੁਤ ਬਹੁਤ ਪ੍ਰਾਈਮੇਸ਼ੀਆ ਟੀਵੀ ਦੇ ਉੱਤੇ। ਬੰਡਬੀ ਵਿਲੇਜ ਮਿਊਜ਼ੀਅਮ ਦੇ ਵਿੱਚ ਇੱਕ ਐਗਜੀਬਿਸ਼ਨ ਜਿਹੜੀ ਲੱਗੀ ਸੀ, ਤਕਰੀਬਨ ਮਾਰਚ ਮਹੀਨੇ ਲੱਗੀ ਰਹੀ, ਮੇਰੇ ਖਿਆਲ ਅਪ੍ਰੈਲ ਦੇ ਵਿੱਚ ਹੁਣ ਅਜੇ ਉਹ ਲੱਥੀ ਹੋਈ ਹੈ, ਅਤੇ ਫਿਰ ਮਈ ਦੇ ਵਿੱਚ ਉਹਦੀ ਸ਼ਾਇਦ ਦੁਬਾਰਾ ਤੋਂ ਸ਼ੁਰੂਆਤ ਹੋਣੀ ਹੈ। ਓਵਰਕਾਸਟ ਐਗਜੀਬਿਸ਼ਨ ਸੀਗੀ ਜੀ, ਉਹਦੇ ਉੱਤੇ ਜਿਹੜਾ ਇਤਰਾਜ਼ ਜਾਂ ਕਹਿ ਲਈਏ ਕਿ ਉਹਦੇ ਉੱਤੇ ਕੰਸਰਨਸ ਨੇ ਤੁਹਾਡੇ ਕੁਝ, ਤੁਸੀਂ ਬੜਾ ਉਹਦਾ ਲੰਬਾ ਚੌੜਾ ਚਿੱਠਾ ਲੈ ਕੇ ਅੱਜ ਤੁਸੀਂ ਸਟੂਡੀਓ ਪਹੁੰਚੇ ਹੋ, ਪਹਿਲਾਂ ਸਾਨੂੰ ਇਹ ਐਗਜੀਬਿਸ਼ਨ ਬਾਰੇ ਦੱਸਿਓ ਵੀ ਇਹ ਲੱਗੀ ਕਿਸ ਗੱਲ ਦੀ ਹੈ, ਅਤੇ ਫਿਰ ਇਤਰਾਜ਼ ਵੱਲ ਵੀ ਆਉਂਦੇ ਹਾਂ ਜੀ। ਜੀ, ਐਗਜੀਬਿਸ਼ਨ ਦਾ ਜੀ ਜਿਹੜਾ ਨਾਮ ਹੈ ਉਹ ਹੈਗਾ ਓਵਰਕਾਸਟ। ਹਾਂ, ਇਹ ਫੈਡਰਲੀ ਫੰਡਡ ਐਗਜੀਬਿਸ਼ਨ ਹੈ। ਹਾਂ, ਟਰੈਵਲਿੰਗ ਐਗਜੀਬਿਸ਼ਨ ਹੈ, ਇਹਨੇ ਸਾਰੇ ਕੈਨੇਡਾ 'ਚ ਘੁੰਮਣਾ ਆ। ਹਾਂ, ਪਰ ਜਦੋਂ ਐਂਟੀ ਰੇਸਿਜ਼ਮ, ਰੇਸਿਜ਼ਮ ਦੇ ਖਿਲਾਫ ਹੈ, ਇੱਦਾਂ ਸਤਹੀ ਲੈਵਲ ਤੋਂ ਇੱਦਾਂ ਲੱਗਦਾ ਦੇਖਣ ਨੂੰ, ਪਰ ਜਦੋਂ ਤੁਸੀਂ ਉਹਨੂੰ ਉਹਦੇ ਜਿਹੜੇ ਚਿੰਨ੍ਹ ਅਤੇ ਪ੍ਰਤੀਕ ਪੜ੍ਹਦੇ ਹੋ, ਉਹਦੇ ਵਿੱਚ ਜਿਹੜੀ ਸੈਨਤ ਮਾਰੀ ਹੋਈ ਆ ਉਹਦੇ ਵਿੱਚ, ਫਿਰ ਨਾ ਉਹਦੀ ਤੁਹਾਨੂੰ ਮਿਸਟਰੀ ਜਾਂ ਰਹੱਸ ਦਾ ਪਤਾ ਲੱਗਦਾ ਵੀ ਪਿੱਛੇ ਬੈਕਗਰਾਊਂਡ 'ਚ ਹੋ ਕੀ ਰਿਹਾ। ਅੱਛਾ, ਸੋ ਜਦੋਂ ਜਿਹੜੀ ਸਾਡੇ ਲਈ, ਸਿੱਖਾਂ ਲਈ ਸਾਰੇ ਤੋਂ ਇਤਰਾਜ਼ਯੋਗ ਚੀਜ਼ ਇਹ ਹੈ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਫੂਲਨ ਦੇਵੀ, ਅੰਬੇਦਕਰ, ਗਿਆਨੀ ਦੇਸ ਸਿੰਘ ਹੋਣੀ, ਭਗਤ ਸਿੰਘ ਹੋਣੀ, ਨੌਦੀਪ ਕੌਰ, ਇੱਕੇ ਲਾਈਨ 'ਚ ਉਹਨਾਂ ਨੂੰ ਕੰਪੇਅਰ ਕੀਤਾ ਹੋਇਆ ਐਜ਼ ਏ ਰੈਡੀਕਲ ਰੈਵੋਲਿਊਸ਼ਨਰੀਜ਼। ਅੱਛਾ, ਸੋ ਅਸੀਂ ਜਾਂ ਮੈਂ ਐਜ਼ ਏ ਸਿੱਖ, ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਪੈਗੰਬਰ ਦਾ ਨਾਮ ਉੱਥੇ ਆਵੇ। ਔਰ ਜਦੋਂ ਅਸੀਂ ਇਹ ਕਹਿੰਦੇ, ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅੰਬੇਦਕਰ ਹੋਣੀ ਜਾਂ ਫੂਲਨ ਦੇਵੀ ਜਾਂ ਭਗਤ ਸਿੰਘ ਰੈਵੋਲਿਊਸ਼ਨਰੀ ਨਹੀਂ ਸੀਗੇ, ਉਹ ਸੀਗੇ, ਜ਼ਰੂਰ ਲਿਖੋ, ਪਰ ਪੈਗੰਬਰ ਦਾ ਨਾਮ ਨਾ ਲਿਖੋ। ਇਸੇ ਤਰ੍ਹਾਂ ਤੁਸੀਂ ਕੋਈ ਸੈਨਤ ਇੱਦਾਂ ਦੀ ਨਾ, ਇਸ਼ਾਰਾ ਇੱਦਾਂ ਦਾ ਨਾ ਕਰੋ ਕਿ ਗੁਰਦੁਆਰਾ ਸਾਹਿਬ 'ਚ ਇੱਕ ਐਡਵਰਟਾਈਜ਼ਮੈਂਟ ਲੱਗੀ ਹੋਈ ਸੀ, ਕੋਈ ਆਪਣੇ ਬੱਚੇ ਦੇ ਵਿਆਹ ਲਈ ਸਾਕ ਲੱਭ ਰਿਹਾ ਅਤੇ ਉੱਥੇ ਲਿਖਿਆ ਮੈਨੂੰ ਫਲਾਨੀ ਜਾਤ ਦੇ ਬੱਚਾ ਜਾਂ ਬੱਚੀ ਚਾਹੀਦੇ ਨੇ, ਤੁਸੀਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹ ਗੁਰਦੁਆਰਾ ਸਾਹਿਬ ਨੇ ਲਿਖਵਾਇਆ ਸੀ ਉੱਥੇ। ਅੱਛਾ, ਹੁਣ ਆਪਾਂ ਨੂੰ ਪਤਾ ਹੀ ਹੈ ਨੋਟਿਸ ਬੋਰਡ 'ਤੇ ਕਈ ਵਾਰੀ ਬੇਸਮੈਂਟ ਕਿਰਾਏ ਲਈ ਖਾਲੀ ਹੈ ਜਾਂ ਕਈ ਉੱਥੇ ਇਸ਼ਤਿਹਾਰ ਲਾ ਜਾਂਦੇ ਨੇ ਆਪਣੇ ਹੱਥ ਲਿਖਤ, ਹੈ ਨਾ। ਇਹ ਸਾਰੀ ਐਗਜੀਬਿਸ਼ਨ ਨੂੰ ਇੱਦਾਂ ਬਣਾਇਆ ਗਿਆ ਕਿ ਜਿਹੜਾ ਸਿੱਖ ਆ, ਜਿਹੜਾ ਪੰਜਾਬੀ ਆ ਅਤੇ ਜਿਹੜਾ ਆਪਣਾ ਜੱਟ ਆ, ਇਹ ਬਹੁਤ ਰੇਸਿਸਟ ਕੌਮ ਨੇ ਜਾਂ ਕਬੀਲੇ ਨੇ ਜਾਂ ਨੇਸ਼ਨਸ ਨੇ, ਇਹ ਇੱਦਾਂ ਉਹ ਬਿਨਾਂ ਕਹੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਈ ਆ। ਅੱਛਾ ਜੀ, ਇਸੇ ਤਰ੍ਹਾਂ ਜਦੋਂ ਚਮਕੀਲੇ ਦੀ ਫੋਟੋ ਲਾਈ ਹੋਈ ਆ ਕਿਸੇ ਵਜ੍ਹਾ ਕਰਕੇ ਐਗਜੀਬਿਸ਼ਨ 'ਚ, ਐਗਜੀਬਿਸ਼ਨ 'ਚ, ਔਰ ਉੱਥੇ ਲਿਖਿਆ ਹੋਇਆ ਇਟ ਇਜ਼ ਰੂਮਰਡ ਕਿ ਇੱਕ ਅਫਵਾਹ ਆ ਕਿ ਜਿਹੜੀ ਚਮਕੀਲੇ ਉਹਨਾਂ ਦੀ ਵਾਈਫ ਸੀਗੀ ਅਮਰਜੋਤ, ਉਹਨੂੰ ਤਾਂ ਮਾਰਿਆ ਗਿਆ ਸੀ ਕਿਉਂਕਿ ਉਹ ਜੱਟਾਂ ਦੀ ਧੀ ਸੀ ਔਰ ਜੱਟ ਨੂੰ ਕਦੀ ਵੀ ਇਹ ਬਰਦਾਸ਼ਤ ਨਹੀਂ ਹੋਏਗਾ ਕਿ ਉਹ ਇੱਕ ਦਲਿਤ ਨਾ ਕਿਸੇ ਕੁੜੀ ਦਾ ਵਿਆਹ ਹੋ ਜਾਵੇ, ਅਤੇ ਉਹਨਾਂ ਨੇ ਆਪਣੀ ਧੀ ਮਾਰ ਦਿੱਤੀ। ਹਾਲਾਂਕਿ ਜਦੋਂ ਆਪਾਂ ਉਹਦੀ ਪੂਰੀ ਰੂਟ 'ਤੇ ਜਾਂਦੇ ਹਾਂ ਨਾ, ਸਰਚ ਕਰਦੇ ਹਾਂ, ਉਹ ਪਤਾ ਲੱਗਦਾ ਕਿ ਉਹ ਜਿਹੜੀ ਅਮਰਜੋਤ ਸੀਗੀ ਉਹ ਜੱਟਾਂ ਦੀ ਧੀ ਨਹੀਂ ਸੀਗੀ, ਉਹ ਕਿਹਨਾਂ ਦੀ ਸੀਗੀ ਆਪਾਂ ਉਹ ਤਾਂ ਉਹਦੇ 'ਚ ਨਹੀਂ ਜਾਵਾਂਗੇ ਆਪਾਂ, ਕਿਉਂਕਿ ਐਜ਼ ਏ ਸਿੱਖ ਜੇ ਆਪਾਂ ਜਾਤ 'ਚ ਨਹੀਂ ਬਿਲੀਵ ਕਰਦੇ ਫਿਰ ਆਪਾਂ ਕਹਾਂਗੇ ਨਹੀਂ ਵੀ ਇਹ ਜੀ ਜੱਟਾਂ ਦੀ ਨਹੀਂ ਸੀ, ਫਲਾਨੇ ਦੀ ਸੀਗੀ। ਉਹ ਖੁਦ ਜਿਹੜੇ ਆਪਾਂ ਨੂੰ ਦੇਖ ਸੁਣ ਰਹੇ ਨੇ ਉਹ ਜਾ ਕੇ ਸਰਚ ਕਰ ਸਕਦੇ ਨੇ ਇੱਦਾਂ ਉਹਦੇ ਵਿੱਚ। ਪਰ ਇਹ ਕਿਉਂ ਕੀਤਾ ਗਿਆ ਸਾਰਾ ਕੁਛ ਉਹਦੇ ਵਿੱਚ, ਇਹ ਪਹਿਲਾਂ ਲਗਾਈ ਕਿੰਨਾ ਵੱਲੋਂ ਗਈ ਐਗਜੀਬਿਸ਼ਨ? ਇਹ ਪੋਇਟਿਕ ਜਸਟਿਸ ਨੇ ਲਾਈ ਹੈ ਜੀ, ਉਹਦੇ ਵਿੱਚ ਤਕਰੀਬਨ ਅੱਧੀ ਦਰਜਨ ਤੋਂ ਜ਼ਿਆਦਾ ਯੂਨੀਵਰਸਿਟੀਜ਼ ਇਨਵੋਲਵ ਨੇ, ਆਪਣੇ ਐਕਡੈਮਿਕ ਜਿਹੜੇ ਪੜ੍ਹੇ ਲਿਖੇ ਲੋਕ ਉਹ ਇਨਵੋਲਵ ਨੇ, ਔਰ ਤਕਰੀਬਨ ਅੱਧੀ ਕੁ ਦਰਜਨ ਜਿਹੜੇ ਬਿਜ਼ਨਸ ਨੇ ਉਹਨਾਂ ਦਾ ਥੈਂਕ ਯੂ ਕੀਤਾ ਹੋਇਆ ਫੋਰ ਇੰਟਰਵਿਊਜ਼,
ਉਹ 'ਚ ਦੋ ਸਿੱਖ ਜਥੇਬੰਦੀਆਂ ਵੀ ਇਨਵੋਲਵ ਨੇ, ਤੁਸੀਂ ਉੱਥੇ ਨਾਂ ਲੈ ਸਕਦੇ ਉਹਨਾਂ ਦੇ ਕਿ ਨਹੀਂ? ਹਾਂਜੀ ਹਾਂਜੀ, ਇੱਕ ਖਾਲਸਾ ਏਡ ਦਾ ਜ਼ਿਕਰ ਹੈ, ਇੱਕ ਸਿੱਖ ਹੈਰੀਟੇਜ BC ਦਾ ਜ਼ਿਕਰ ਹੈ, ਉਹਨਾਂ ਦਾ ਥੈਂਕ ਯੂ ਕੀਤਾ ਹੋਇਆ ਫੋਰ ਇੰਟਰਵਿਊਜ਼। ਅੱਛਾ, ਸੋ ਹੁਣ ਪਤਾ ਨਹੀਂ ਮੈਨੂੰ ਉਹਨਾਂ ਨੇ ਉਹਨਾਂ ਨੂੰ ਕਿਹੜੀਆਂ ਇੰਟਰਵਿਊਜ਼ ਦਿੱਤੀਆਂ ਨੇ। ਓਕੇ, ਉਹ ਤਾਂ ਉਹੀ ਦੱਸ ਸਕਦੇ ਨਾ ਕਿ ਨਾਨਕ ਫੂਡ ਦਾ ਜ਼ਿਕਰ ਹੈ ਜੀ ਵਿੱਚ। ਅੱਛਾ, ਸੋ ਉਹਨਾਂ ਨੇ ਸ਼ਾਇਦ ਕੋਈ ਫਾਈਨੈਂਸ਼ੀਅਲ ਮਦਦ ਕੀਤੀ ਹੋਵੇ, ਪਰ ਉੱਪਰ ਲਿਖਿਆ ਹੋਇਆ ਥੈਂਕ ਯੂ ਫੋਰ ਦਾ ਇੰਟਰਵਿਊਜ਼ ਔਰ ਇੰਟਰਵਿਊਜ਼। ਅਤੇ ਇਹ ਫੰਡਡ ਕਿੰਨਾ ਵੱਲੋਂ? ਇਹ ਫੈਡਰਲੀ ਫੰਡਡ ਹੈ ਜੀ। ਅੱਛਾ, ਔਰ ਵੈਸੇ ਰੇਸਿਜ਼ਮ ਦੇ ਖਿਲਾਫ ਤਾਂ ਆਪਾਂ ਵੀ ਖੜਦੇ ਹਾਂ, ਪਰ ਜਦੋਂ ਤੁਸੀਂ ਦਲਿਤਾਂ ਦੇ ਮੋਢੇ 'ਤੇ ਰੱਖ ਕੇ ਚਲਾਉਂਦੇ ਹੋ ਅਤੇ ਸਿੱਖਾਂ ਨੂੰ, ਜੱਟਾਂ ਨੂੰ, ਪੰਜਾਬੀਆਂ ਨੂੰ ਨਿਸ਼ਾਨਾ ਬਣਾਉਂਦੇ ਹੋ, ਫਿਰ ਤਾਂ ਆਪਣਾ ਆਵਾਜ਼ ਉਠਾਉਣੀ ਸੁਭਾਵਿਕ ਹੈ ਜੀ। ਇਹ ਕੀ ਲੱਗਦਾ ਇਹ ਕਿਸ ਮਕਸਦ ਨਾਲ ਕੀਤੀ ਗਈ ਹੋ ਸਕਦੀ? ਜਾਂ ਤਾਂ ਅਣਜਾਣਪੁਣੇ 'ਚ ਹੋਈ ਹੈ, ਪਰ ਜੇ ਜਿਹੜੇ ਐਕਡੈਮਿਕਸ ਇਨਵੋਲਵ ਨੇ ਜਾਂ ਯੂਨੀਵਰਸਿਟੀਜ਼ ਇਨਵੋਲਵ ਨੇ, ਫਿਰ ਆਪਾਂ ਇੱਕ ਹੋਰ ਜਿੱਦਾਂ ਨਾ ਪ੍ਰਸ਼ਨਾਂ ਦਾ ਘੇਰਾ ਖੜਾ ਹੋ ਜਾਂਦਾ ਵੀ ਕੀ ਜਿਹੜੇ ਐਕਡੈਮਿਕਸ ਨੇ ਉਹਨਾਂ ਨੇ ਯੂਨੀਵਰਸਿਟੀ ਨੂੰ ਦੱਸਿਆ ਸੀ ਵੀ ਤੁਹਾਡੇ ਨਾਮ ਵਰਤ ਰਹੇ ਹਾਂ ਅਸੀਂ, ਪਰ ਜੇ ਯੂਨੀਵਰਸਿਟੀਜ਼ ਇਨਵੋਲਵ ਨੇ ਫਿਰ ਤਾਂ ਹੋਰ ਵੀ ਮਾੜੀ ਗੱਲ ਹੈ। ਇਹ ਕਿੱਦਾਂ ਦਾ ਮਾਹੌਲ ਆਪਣਾ ਅੱਛਾ ਕੈਨੇਡਾ ਦਾ ਉਹਨੂੰ ਕਿਸ ਤਰ੍ਹਾਂ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ। ਓਕੇ, ਅੱਛਾ ਤੁਸੀਂ ਇਹਦੀ ਕੋਈ ਮਤਲਬ ਹੁਣ ਸਿੱਧੇ ਆਪਾਂ ਇੰਟਰਵਿਊ ਕਰਨ ਆਏ ਹਾਂ ਕਿ ਜਾਂ ਫਿਰ ਇਹਦਾ ਕੋਈ ਖਿਲਾਫ ਕੋਈ ਲੀਗਲ ਐਕਸ਼ਨ ਜਾਂ ਕੋਈ ਜਥੇਬੰਦੀਆਂ ਤੱਕ ਪਹੁੰਚ ਜਿਹੜੀ ਆ ਤੁਹਾਨੂੰ ਲੱਗਦਾ ਕਿ ਉਹ ਗਲਤ ਕਰ ਰਹੀਆਂ ਨੇ, ਉੱਧਰ ਵੀ ਉਹ ਕੰਮ ਕੀਤਾ ਨਾਲ? ਜੀ ਜੀ, ਇੱਕ ਆਪਾਂ ਡਾਊਨਟਾਊਨ ਲਾਅ ਫਰਮ ਹਾਇਰ ਕੀਤੀ ਹੈ ਜੀ। ਅੱਛਾ, ਔਰ ਉਹਨਾਂ ਨੂੰ ਰਿਟੇਨਰ ਆਪਾਂ ਦੇ ਚੁੱਕੇ ਹਾਂ, ਔਰ ਉਹਨਾਂ ਨੇ ਚਿੱਠੀਆਂ ਜਿਹੜੀਆਂ ਸਾਰੇ ਐਕਡੈਮਿਕ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਲਿਖ ਦਿੱਤੀਆਂ ਨੇ। ਅੱਛਾ, ਲੀਗਲੀ ਕੰਮ ਹੋ ਚੁੱਕਿਆ? ਹਾਂਜੀ, ਸ਼ੁਰੂ ਹੋ ਚੁੱਕਿਆ ਇਹ। ਓਕੇ, ਸੋ ਆਸ ਕੀਤੀ ਜਾਂਦੀ ਹੈ ਵੀ ਚਿੱਠੀਆਂ ਦਾ ਜਵਾਬ ਆਏਗਾ, ਉਹ ਜਵਾਬ ਦੀ ਆਪਾਂ ਉਡੀਕ ਕਰ ਰਹੇ ਹਾਂ। ਓਕੇ, ਔਰ ਕਾਫੀ ਜਥੇਬੰਦੀਆਂ ਨਾਲ ਆਪਾਂ ਰਾਬਤਾ ਕਾਇਮ ਕੀਤਾ, ਪਿਛਲੇ March 19 ਤੋਂ ਹੋ ਰਿਹਾ ਤਕਰੀਬਨ, ਔਰ ਕਾਫੀ ਕੇਸਿਸ 'ਚ ਕਾਫੀ ਜਥੇਬੰਦੀਆਂ ਨੂੰ ਪਤਾ ਨਹੀਂ ਹੈਗਾ, ਔਰ ਕਈਆਂ ਨੇ ਇੱਦਾਂ ਵੀ ਕਿਹਾ ਕਿ 2 ਸਾਲ ਪਹਿਲਾਂ ਸਾਡੇ ਕੋਲੋਂ ਚਿੱਠੀ ਉਹਨਾਂ ਨੇ ਲਈ ਸੀਗੀ ਕਿ ਐਂਟੀ ਰੇਸਿਜ਼ਮ 'ਤੇ ਅਸੀਂ ਕੋਈ ਐਗਜ਼ੀਬਿਸ਼ਨ ਕਰਨੀ ਆ, ਉਹਦੇ ਲਈ ਸਾਨੂੰ ਚਿੱਠੀ ਦੇ ਦਿਉ। ਅੱਛਾ, ਮਕਸਦ ਦਾ ਐਂਟੀ ਰੇਸਿਜ਼ਮ ਦੱਸਿਆ? ਹਾਂਜੀ, ਉੱਪਰੋਂ ਐਂਟੀ ਜਿਹੜਾ ਉਹਦਾ ਨਾ ਉਹਦਾ ਜਿਹੜਾ ਵਿੱਚ ਟਾਰਗੇਟਸ ਕਿਹਨਾਂ ਨੂੰ ਕੀਤਾ ਗਿਆ? ਉਹ ਸਿੱਖਾਂ ਨੂੰ ਕੀਤਾ ਗਿਆ ਜੀ, ਜੱਟਾਂ ਨੂੰ ਕੀਤਾ ਗਿਆ ਅਤੇ ਪੰਜਾਬੀਆਂ ਨੂੰ ਕੀਤਾ ਗਿਆ। ਪਰ ਉਹ ਜਿਨ੍ਹਾਂ ਦੇ ਹੁਣ ਤੁਸੀਂ ਮੈਨੂੰ ਦਿਖਾਉਂਦੇ ਸੀਗੇ ਨਾਂ ਸਾਰਾ ਕੁਛ, ਉਹ ਵੀ ਤਾਂ ਸਾਰੇ ਇਹਨਾਂ 'ਚੋਂ ਹੀ ਕਈ ਨਿਕਲੇ ਨੇ, ਬਹੁਤ ਪੰਜਾਬੀ ਨੇ, ਬਹੁਤ ਸਿੱਖ ਵੀ ਨਾਲ ਨਾਂ। ਬਿਲਕੁਲ ਬਿਲਕੁਲ, ਉੱਤੋਂ ਇਹ ਪਤਾ ਲੱਗਦਾ ਵੀ ਜਾਂ ਤਾਂ ਉਹਨਾਂ ਨੂੰ ਕਲੈਰਿਟੀ ਹੈ ਨਹੀਂ ਗੀ, ਉਹਨਾਂ ਦੀ ਲਿਆਕਤ 'ਤੇ ਪ੍ਰਸ਼ਨ ਉੱਠ ਰਿਹਾ, ਜਾਂ ਫਿਰ ਜਿਹੜਾ ਉਹਨਾਂ ਦਾ ਟਨਲ ਵਿਜ਼ਨ ਗ੍ਰਾਂਟ 'ਤੇ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਇਹ ਨਹੀਂ ਦੇਖ ਰਹੇ ਵੀ ਅਸੀਂ ਕੈਨੇਡਾ 'ਚ ਰੌਲਾ ਕੀ ਪਵਾ ਰਹੇ ਹਾਂ। ਕਿਉਂਕਿ ਉਹਨਾਂ 'ਚੋਂ ਇੱਕ ਭਾਈ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ, ਉਹ ਕਹਿੰਦੇ ਜੀ ਐਗਜ਼ੀਬਿਸ਼ਨ ਦਾ May 1 ਨੂੰ ਕੀ ਹੋਣਾ, ਇਹਨਾਂ ਨੇ ਉਹ ਐਗਜ਼ੀਬਿਸ਼ਨ ਗੁਰਦੁਆਰਾ ਸਾਹਿਬ ਲੈ ਕੇ ਜਾਣੀ ਆ, ਗੁਰਦੁਆਰਾ ਸਾਹਿਬ ਨੇ ਅਲਾਓ ਨਹੀਂ ਕਰਨੀ, ਉਹ ਕਿਉਂ ਕਰਨਗੇ? ਕਹਿੰਦੇ ਜੀ ਫਿਰ ਇਹ ਜਿਹੜੇ ਐਗਜ਼ੀਬਿਸ਼ਨ ਦੇ ਕਿਊਰੇਟਰ ਆ ਅਤੇ ਜਿਹੜੇ ਐਕਡੈਮਿਕਸ ਨੇ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਦਾ ਰੌਲਾ ਪਾ ਕੇ ਮੀਡੀਆ ਕੋਲ ਜਾਣਾ। ਅੱਛਾ, ਸੋ ਇਹ ਆਪਾਂ ਐਜ਼ ਅ ਸਵਾਰਨ ਸਟੇਟਮੈਂਟ ਮੈਂ ਦੇ ਸਕਦਾ, ਪਰ ਮੈਂ ਚਾਹੁੰਦਾ ਵੀ ਕਹਿੰਦਾ ਮਤਲਬ ਵੀ ਜਾਣ ਬੁੱਝ ਕੇ ਇੱਕ ਮੁੱਦਾ ਬਣਾਉਣਾ ਜੀ ਕਿ ਸਾਨੂੰ ਗੁਰਦੁਆਰਿਆਂ ਦੇ ਵਿੱਚ ਜਾਣ ਨਹੀਂ ਦਿੰਦੇ ਪਏ। ਹਾਂ ਵੀ ਦੇਖੋ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਨਾ ਵੀ ਸਿੱਖ ਰੇਸਿਸ ਨੇ, ਆਹ ਦੇਖ ਲਓ ਤੁਹਾਡੇ ਸਾਹਮਣੇ ਹੋ ਰਹੀ ਆ, ਔਰ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਮੈਂ ਉਹਦਾ ਨਾਮ ਤਾਂ ਨਹੀਂ ਦੱਸਾਂਗਾ, ਮੈਂ ਚਾਹਾਂਗਾ ਕਿ ਉਹ ਭਾਈ ਸਾਹਿਬ ਆਪ ਅੱਗੇ ਆਉਣ ਅਤੇ ਇਹਦੇ ਬਾਰੇ ਕਲੈਰਿਟੀ ਦੇਣ। ਜੀ ਜੀ, ਹੁਣ ਜੇ ਤੁਸੀਂ ਇਹਦੇ ਖਿਲਾਫ ਲੀਗਲ ਐਕਸ਼ਨ ਜਿੱਦਾਂ ਕਿ ਲੈ ਰਹੇ ਹੋ, ਇਹ ਫੈਡਰਲ ਗੌਰਮੈਂਟ ਫੰਡਡ ਆ,
ਯੂਨੀਵਰਸਿਟੀਜ਼ ਵਿੱਚ ਇਨਵੋਲਵ ਨੇ, ਕਈ ਨਾਮੀ ਅਦਾਰੇ ਇਹਦੇ ਵਿੱਚ ਇਨਵੋਲਵ ਨੇ, ਠੀਕ ਹੈ, ਰੇਸਿਜ਼ਮ ਦੇ ਖਿਲਾਫ ਉਹ ਆਪਣੇ ਵੱਲੋਂ ਚੀਜ਼ ਕਰਦੇ ਪਏ ਨੇ, ਪਰ ਤੁਹਾਨੂੰ ਇਸ ਢੰਗ ਤਰੀਕੇ ਨਾਲ ਇਤਰਾਜ਼ ਇਹਦੇ ਬਾਬਤ ਕੁਛ ਕਮਿਊਨਿਟੀ ਲੀਡਰਸ ਜਾਂ ਕੁਛ ਕਮਿਊਨਿਟੀ ਦੇ ਲੋਕਾਂ ਦੇ ਨਾਲ ਉਹ ਵੀ ਰਾਬਤਾ ਕਾਇਮ ਕੀਤਾ ਹੈ, ਉਹ ਕਿੰਨੀ ਕੁ ਸਪੋਰਟ ਹੈ ਉਸ ਪਾਸੇ ਤੁਹਾਨੂੰ? ਉਹਨਾਂ ਦੀ ਕਾਫੀ ਸਪੋਰਟ ਹੈ ਜੀ, ਔਰ ਆਪਣੇ ਤਿੰਨ ਪ੍ਰੋਫੈਸਰ ਨੇ, ਉਹਨਾਂ ਨੇ ਇੱਕ ਪ੍ਰੋਫੈਸਰ ਸਾਹਿਬ ਨੇ ਉਹਦੀ ਵੀਡੀਓ ਵੀ ਬਣਾ ਕੇ ਸ਼ਾਰਟਸ ਪਾਈਆਂ ਨੇ ਕਾਫੀ, ਇੱਕ ਆਪਣੇ ਮਾਰਕਸਿਸਟ ਲੀਡਰ ਨੇ ਬਹੁਤ ਪੁਰਾਣੇ, ਉਹ ਵੀ ਹਾਲੇ ਮੈਂ ਨਾਮ ਨਹੀਂ ਲਵਾਂਗਾ ਕਿਸੇ ਦਾ ਵੀ, ਉਹਨਾਂ ਨੇ ਉਹ ਮੇਰੇ ਨਾਲ ਗਏ ਸੀਗੇ ਉੱਥੇ, ਔਰ ਉਹਨਾਂ ਨੇ ਉਹ ਮੇਰੇ ਤੋਂ ਕਾਫੀ ਵੱਡੇ ਨੇ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਦੇਖੋ ਇਹਦੀ ਇਹਦੀ ਮੈਂ ਪਲਸ ਪਛਾਣਦਾ, ਇਹ ਪਲਸ ਹੇਟ ਦੀ ਪਲਸ ਆ ਇਹ, ਵੀ ਕਮਿਊਨਿਟੀਜ਼ ਨੂੰ ਉਹ 'ਚ ਰਿਫਟ ਪਾਉਣ ਦੀ ਪਲਸ ਆ ਇਹ, ਸੋ ਉਹ ਮੇਰੇ ਤੋਂ ਮੇਰੇ ਖਿਆਲ 20 ਸਾਲ ਵੱਡੇ ਹੋਣੇ ਨੇ ਜੀ, ਅਤੇ ਇੱਦਾਂ ਹੀ ਇੱਕ ਦਫ਼ਾ ਅਸੀਂ ਚਾਰ ਜਾਣੇ, ਮੈਂ ਉੱਥੇ 4 ਵਾਰੀ ਜਾ ਚੁੱਕਾਂ ਜੀ, ਸੋ 4 ਵਾਰੀ ਜਾ ਕੇ ਪੂਰਾ ਉਹਨੂੰ ਧਿਆਨ ਨਾਲ ਦੇਖਿਆ ਕਿ ਹੋ ਸਕਦਾ ਕੋਈ ਮੇਰੀ ਵੀ ਸਮਝ ਓਨੀ ਕਈ ਹੈ, ਇਸ ਕਰਕੇ ਜਦੋਂ ਅਸੀਂ ਵੱਖਰੀ ਵੱਖਰੀ ਥੋਟਸ ਦੇ ਨਾਲ ਜਾ ਕੇ ਦੇਖਦੇ ਹਾਂ, ਔਰ ਜਿੰਨੀਆਂ ਚੀਜ਼ਾਂ ਅਸੀਂ ਨੁਕਤੇ ਉਠਾਏ ਨੇ, ਮੈਂ ਚਾਹਵਾਂਗਾ ਕਿ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹ ਸਾਨੂੰ ਕਰੈਕਟ ਕਰਨ ਜੇ ਸਾਡੀ ਕੋਈ ਨੁਕਤਾ ਗਲਤ ਆ, ਪਰ ਜੇ ਸਹੀ ਨੇ ਫਿਰ ਉਹਦਾ ਉਹ ਕੋਈ ਤਾਂ ਜਵਾਬ ਦੇਵੇ ਉਹਦਾ ਨਾ। ਮੰਗ ਕੀ ਹੈ ਤੁਹਾਡੀ? ਮੰਗ ਇਹ ਹੈ ਵੀ ਤੁਸੀਂ ਦੇਖੋ ਵੀ ਇੱਕ ਤਾਂ ਮਾਹੌਲ ਨਾ ਖਰਾਬ ਕਰੋ ਇੱਥੇ ਦਾ, ਦੂਸਰਾ ਇਹ ਹੈ ਕਿ ਜਦੋਂ ਇਹ ਐਗਜੀਬਿਸ਼ਨਾਂ ਹੁੰਦੀਆਂ ਨੇ, ਜੇ ਤੁਹਾਨੂੰ ਧਰਮ ਬਾਰੇ ਪੂਰਾ ਇਲਮ ਹੈ ਨਹੀਂ ਗਾ ਔਰ ਤੁਸੀਂ ਰਿਸਪੈਕਟਫੁਲੀ ਕੋਈ ਚੀਜ਼ ਪੇਸ਼ ਨਹੀਂ ਕਰ ਸਕਦੇ, ਉਹ ਗੱਲ ਨਾ ਕਰੋ, ਔਰ ਤੁਸੀਂ ਇਹ ਜਿਹੜਾ ਧਰਮ ਦੇ ਬੇਸ 'ਤੇ ਕਿਉਂ ਰੌਲਾ ਪਾਉਣਾ ਚਾਹੁੰਦੇ ਹੋ ਇੱਥੇ, ਹੈ ਨਾ। ਦੂਸਰਾ ਜਿਹੜਾ ਇੱਕ ਸ਼ਬਦ ਹੈ ਮੈਨੂੰ ਕਹਿਣਾ ਪਏਗਾ, ਵੈਸੇ ਮੈਂ ਲੈਣਾ ਨਹੀਂ ਚਾਹੁੰਦਾ, ਕਿ ਜਿਹੜਾ ਚਮਾਰ ਸ਼ਬਦ ਆ ਉਹ ਐਟਰੋਸਿਟੀਜ਼ ਐਕਟ ਦੇ, ਪ੍ਰਵੈਂਸ਼ਨ ਐਂਡ ਐਟਰੋਸਿਟੀਜ਼ ਐਕਟ, ਆਈ ਥਿੰਕ 1989, ਉਹ ਹਿੰਦੁਸਤਾਨ 'ਚ ਉਹ ਸ਼ਬਦ ਬੈਨ ਹੈ, ਕੋਈ ਲੈ ਨਹੀਂ ਸਕਦਾ, ਜੇ ਲੈਂਦਾ ਤਾਂ ਉਹਨੂੰ ਸਜ਼ਾ ਹੁੰਦੀ ਹੈ। ਆਪਣੇ ਵੀ ਇੱਥੇ ਹੋ ਚੁੱਕੀ ਹੈ ਇੱਕ ਦਫ਼ਾ, ਆਪਣਾ ਉਹਨੂੰ ਫਾਈਨ ਹੋਇਆ ਮੇਰੇ ਖਿਆਲ $8,000 ਜਾਂ ਕੁਛ। ਅੱਛਾ, ਹੁਣ ਇਸ ਐਗਜੀਬਿਸ਼ਨ ਤੁਸੀਂ 13-14 ਵਾਰੀ ਲਿਖਿਆ ਹੋਇਆ ਸ਼ਬਦ, ਓਕੇ, ਪਰ ਤੁਸੀਂ ਕਿਉਂ ਲਿਖਿਆ ਹੋਇਆ? ਜੇ ਤੁਸੀਂ ਕਹਿੰਦੇ ਹੋ ਵੀ ਦਲਿਤ ਅਪਰੈਸਡ ਹੈ ਔਰ ਕਾਫੀ ਅਪਰੈਸ਼ਨ ਹੋਇਆ ਉਹਨਾਂ 'ਚ, ਆਪਾਂ ਨੂੰ ਪਤਾ ਹੈ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਨਹੀਂ ਹੋਇਆ, ਪਰ ਕਿਸੇ ਨੇ ਵੀ ਕਲੈਕਟਿਵਲੀ ਨਹੀਂ ਕੀਤਾ ਹੋਇਆ। ਹੁਣ ਜੇ ਤੁਸੀਂ ਕਹੋਗੇ ਸਾਰੇ ਸਿੱਖਾਂ ਨੇ ਸਾਰਿਆਂ 'ਤੇ ਕੀਤਾ ਹੋਇਆ ਜਾਂ ਸਾਰੇ ਜੱਟਾਂ ਨੇ ਜਾਂ ਸਾਰੇ ਪੰਜਾਬੀਆਂ ਨੇ ਕੀਤਾ ਹੋਇਆ, ਇਸ ਮੁਲਕ ਦੇ ਵਿੱਚ ਆਪਾਂ ਦੋਨੋਂ ਹੀ ਜਾਣੇ ਕੋਈ ਵੀ ਸਟੀਰੀਓਟਿਪੀਕਲ ਬਲੈਂਕਟ ਸਟੇਟਮੈਂਟ ਨਹੀਂ ਦੇ ਸਕਦੇ, ਉਹ ਤਾਂ ਹੇਟ ਕ੍ਰਾਈਮ ਗਿਣਿਆ ਜਾਏਗਾ। ਸੋ ਜਾਂ ਤਾਂ ਸਮਝ ਨਹੀਂ ਹੈਗੀ ਜਾਂ ਸ਼ਰਾਰਤ ਹੈ, ਇਹ ਤਾਂ ਹੁਣ ਆਪਾਂ ਜਦੋਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਸਾਨੂੰ ਦੱਸੋ, ਉਹ ਕਲੈਰੀਫਾਈ ਕਰਨ ਉਹ, ਔਰ ਆਪਣੀ ਗੱਲ ਰੈੱਡ ਐਫ ਐਮ 'ਤੇ ਵੀ ਹੋ ਚੁੱਕੀ ਆ, ਰੇਡੀਓ ਕਨੈਕਟ 'ਤੇ ਵੀ, ਸਾਂਝਾ 'ਤੇ ਵੀ ਹੋ ਚੁੱਕੀ, ਸ਼ੇਰੇ ਪੰਜਾਬ 'ਤੇ ਵੀ ਹੋ ਚੁੱਕੀ ਆ, ਔਰ ਜਿਹੜੇ ਇਸ 'ਚ ਇਨਵੋਲਵ ਨੇ ਉਹ ਜ਼ਰੂਰ ਆ ਕੇ ਦੱਸਣ, ਹੈ ਨਾ। ਬਿਲਕੁਲ ਠੀਕ ਭਾਈ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ, ਜੀ ਜਾ ਕੇ ਜਾਣਕਾਰੀ ਦਿੱਤੀਆਂ, ਥੈਂਕ ਯੂ ਸੋ ਮਚ ਜੀ, ਮਿਹਰਬਾਨੀ, ਧੰਨਵਾਦ ਜੀ, ਧੰਨਵਾਦ। ਸੋ ਇਸ ਸਨ ਰਾਜ ਸਿੰਘ ਪੰਡਾਲ ਵੰਜਾਰਾ ਨੋਬੈਡ ਤੋਂ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤੁਸੀਂ ਦੇਖੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।